बड़ियां बड़ियां तोपां बहुत फलमाइया, अज समझ लो पैटन टैंक फलमाउन लगे हैं तुहाडे सामने। मैं ते प्रीत लोपोवाले ने ना अज पंगा लै लिया बड़े जानवर ना। असी वेखण लग गए असल दे विच कि इह च जोर किन्ना का। असी कहा यार जो कि तां देखी अक्सर किन्ना क जोर होगा, अज इहदा असी जोर जोखण जोहण लग गए। ਇਹ ਜਾਨਵਰ ਅਸੀਂ ਖੁੱਲ੍ਹਾ ਛੱਡਤਾ, ਅਸੀਂ ਕਿਹਾ ਵੀ ਵੇਖਦੇ ਹਾਂ ਵੀ ਇਹ ਫੜਿਆ ਜਾਂਦਾ ਕਿ ਨਹੀਂ ਫੜਿਆ ਜਾਂਦਾ, ਕਿਵੇਂ ਆ ਗੱਲਬਾਤ। ਪਹਿਲਾਂ ਤਾਂ ਤੁਹਾਨੂੰ ਦੱਸਦੇ ਹਾਂ ਕਿ ਮੋਹਰਾ ਨਸਲ ਦਾ ਇਹ ਸਾਂ ਆ, ਇਹਦਾ ਨਾਂ ਹੈਗਾ ਮਾਨ, ਪਿੰਡ ਰਾਉਕੇ ਕਲਾਂ, ਜ਼ਿਲ੍ਹਾ ਮੋਗਾ, ਨੇੜੇ ਨਿਹਾਲ ਸਿੰਘ ਵਾਲਾ, ਨੰਬਰ ਮਾਲਕ ਦਾ ਉੱਤੇ ਚੱਲ ਰਿਹਾ ਹੈਗਾ। ਇਹ ਟ੍ਰੇਲਰ ਹੀ ਹੈ ਜਿਹੜਾ ਤੁਹਾਨੂੰ ਦਿਖਾਉਣ ਲੱਗਿਆ ਮੈਂ, ਵੀਡੀਓ ਅਸਲ ਦੇ ਵਿੱਚ ਇਹਦੀ ਪੂਰੀ ਆਉਣੀ ਆ ਕੱਲ੍ਹ ਨੂੰ। ਜਾਨਵਰ ਦੀ ਉਮਰ ਹੁਣ ਇਹ ਜਵਾਨ ਹੀ ਹੋਇਆ ਅਤੇ ਅਸੀਂ ਪੰਗਾ ਲੈ ਲਿਆ ਇਹਦੀ ਜਵਾਨੀ ਨੂੰ ਪਰਖਣ ਦਾ ਕਿ ਯਾਰ ਵੇਖੀਏ ਤਾਂ ਸਹੀ ਵੀ ਇਹਦੀ ਜਵਾਨੀ ਪਹਿਰੇ ਇਹਦੇ 'ਚ ਜ਼ੋਰ ਕਿੰਨਾ ਗਾ। ਫਿਰ ਬਈ ਜੋ ਜ਼ੋਰ ਇਹਨੇ ਦਿਖਾਇਆ ਅਤੇ ਇਹ ਤਾਂ ਹੋ ਗਿਆ ਬੇਕਾਬੂ। ਇਹ ਤਾਂ ਕਹਿੰਦਾ ਬਾਈ ਹੁਣ ਤੁਸੀਂ ਮੇਰੇ ਨਾਲ ਪੰਗਾ ਲੈ ਤਾਂ ਲਿਆ ਅਤੇ ਹੁਣ ਮੇਰਾ ਜ਼ੋਰ ਲਵਾਓ ਸਾਰਾ। ਅਤੇ ਸਾਨੂੰ ਵੀ ਐਂ ਲੱਗੇ ਵੀ ਬਾਈ ਇਹ ਤਾਂ ਸਾਨੂੰ ਖੁਦੋ ਖੁੰਡੀ ਵਾਂਗੂ ਭੜਕਾਈ ਫਿਰੂ। ਆ ਜਾਓ ਤੁਹਾਨੂੰ ਲਾਸਟ 'ਤੇ ਵੀਡੀਓ 'ਤੇ ਦਿਖਾਉਣਾ ਵੀ ਆ ਫਿਰ ਅਸੀਂ ਇਹਨੂੰ ਕਾਬੂ ਕਿਵੇਂ ਕੀਤਾ। ਕਾਬੂ ਅਸੀਂ ਕਰ ਲਿਆ, ਫਿਰ ਵੀ ਜੇ ਜਾਨਵਰ ਦੇ ਵਿੱਚ ਜ਼ੋਰ ਹੁੰਦਾ ਤਾਂ ਬੰਦੇ ਦੇ ਵਿੱਚ ਦਿਮਾਗ ਹੁੰਦਾ। ਬਾਕੀ ਮੈਂ ਤੁਹਾਨੂੰ ਇੱਕ ਗੱਲ ਹੀ ਦੱਸ ਦਿੰਦਾ ਕਿ ਇਹ ਜਾਨਵਰ ਇੱਕ ਇਹੋ ਜਿਹੀ ਚੀਜ਼ ਆ ਵੀ ਬੰਦਾ ਤਾਂ ਕਿਸੇ ਵਕਤ ਆਪਦੇ ਜ਼ੋਰ ਦੇ ਹੰਕਾਰ ਦੇ ਵਿੱਚ ਮਰਯਾਦਾ ਭੁੱਲ ਜੂ, ਪਰ ਇਹ ਜਾਨਵਰ ਮਰਯਾਦਾ ਨਹੀਂ ਭੁੱਲਦੇ। ਇਹ ਇਹਨਾਂ ਦੀ ਖਾਸੀਅਤ ਹੁੰਦੀ ਹੈ। ਆ ਬਾਈ ਜਗਵੰਤ ਆ, ਇਹ ਤੋਂ ਇੰਨਾ ਰੋਹਬ ਮੰਨਦਾ ਨਾ ਕਿ ਜਦੋਂ ਇਹਨੇ ਦਬਕਾ ਮਾਰਤਾ ਬਾਈ ਜਗਵੰਤ ਨੇ, ਇਹ ਚ ਕਿੰਨਾ ਵੀ ਗਰਮ ਹੋਇਆ ਹੋਵੇ, ਕਿੰਨਾ ਵੀ ਗਰਮ ਇਹਦਾ ਬਲੱਡ ਪ੍ਰੈਸ਼ਰ ਆਈ ਹੋਇਆ ਹੋਵੇ, ਜਦੋਂ ਬਾਈ ਜਗਵੰਤ ਨੇ ਇਹਨੂੰ ਦਬਕਾ ਮਾਰਤਾ ਵੀ ਹਟ ਜਾ ਓਏ, ਬਸ ਇਹਨੇ ਉਹਦੀ ਮੋਮ ਬਣ ਜਾਣਾ ਹੁੰਦਾ। ਬਾਈ ਜਗਵੰਤ ਇਹਨੂੰ ਅਗਲੇ ਪਾਸਿਓਂ ਇਹਦੇ ਸਿੰਗਾਂ ਦੇ ਮੂਹਰਲੇ ਪਾਸਿਓਂ ਹੋ ਕੇ ਫੜ ਲੈਂਦਾ, ਇੰਨਾ ਅਗਰੈਸਿਵ ਹੋਏ ਵੇ ਇਹਨੂੰ। ਮਤਲਬ ਮਾਲਕ ਦਾ ਇੰਨਾ ਕਰਦਾ। ਦੂਜੀ ਗੱਲ ਇਹ ਆ ਵੀ ਮਾਲਕ ਨੂੰ ਇਹ ਛੱਡ ਕੇ ਖੇਤੋਂ ਭੱਜਦਾ ਨਹੀਂ, ਮਗਰ ਮਗਰ ਜਿਵੇਂ ਆਪਣੇ ਕੁੱਤਾ ਨਹੀਂ ਗੁਜਾਇਆ ਹੁੰਦਾ, ਐਵੇਂ ਤੁਰਿਆ ਫਿਰਦਾ ਹੈ। ਐਡਾ ਸਿਆਣਾ ਜਾਨਵਰ ਆ, ਮਤਲਬ ਜਿੰਨਾ ਸੋਹਣਾ ਜਿੰਨਾ ਨਰੋਆ ਓਨਾ ਹੀ ਸਿਆਣਾ ਅਤੇ ਓਨਾ ਹੀ ਮਾਲਕ ਇਹਦਾ ਪਿਆਰ ਕਰਦਾ। ਮੈਂ ਤਾਂ ਹੈਰਾਨ ਰਹਿ ਗਿਆ ਵੀ ਇਹਨਾਂ ਦਾ ਪਰਿਵਾਰ ਆ ਨਾ ਜਿਹੜਾ, ਉਹ ਇਹਨੂੰ ਐਂ ਪਿਆਰ ਕਰਦਾ ਜਿਵੇਂ ਬੱਚਿਆਂ ਨੂੰ ਨਹੀਂ ਆਪਾਂ ਲੋਰੀਆਂ ਜਿਹੀਆਂ ਦਿੰਦੇ ਹੁੰਦੇ ਵੀ ਪੁੱਤ ਤੂੰ ਕੀ ਕਰਦਾ, ਪੁੱਤ ਤੂੰ ਕਿਵੇਂ ਆ, ਪੁੱਤ ਤੂੰ ਪੱਠੇ ਖਾ ਲਏ, ਪੁੱਤ ਤੈਨੂੰ ਭੁੱਖ ਤਾਂ ਨਹੀਂ ਲੱਗੀ, ਐਂ ਗੱਲਾਂ ਕਰਦੇ ਆ ਇਹਨਾਂ ਦੇ ਇਹਦੇ ਪਰਿਵਾਰ ਦੇ ਮੈਂਬਰ। ਮੈਂ ਐਂ ਕਹਿ ਸਕਦਾ ਕਿ ਆ ਮਾਨ ਦੇ ਪਰਿਵਾਰ ਦੇ ਮੈਂਬਰ, ਅਸਲ ਦੇ ਵਿੱਚ ਸਾਰਾ ਪਰਿਵਾਰ ਇਹਨੂੰ ਆਪਣਾ ਬੱਚਾ ਆਪਦੇ ਪਰਿਵਾਰ ਦਾ ਮੈਂਬਰ ਹੀ ਸਮਝਦਾ। ਅਤੇ ਅਸਲ ਦੇ ਵਿੱਚ ਐਡੇ ਐਡੇ ਜਾਨਵਰ ਪਲਦੇ ਵੀ ਨਹੀਂ ਹੁੰਦੇ ਪਰਿਵਾਰ ਦੇ ਮੈਂਬਰ ਬਣਾਏ ਤੋਂ ਬਿਨਾਂ। ਆ ਤੁਸੀਂ ਦੇਖ ਹੀ ਸਕਦੇ ਹਾਂ ਕਿ ਆਉਂਦਾ ਹਿੰਮਤ ਕਰਕੇ ਜਦੋਂ ਹੱਥ ਖੜਾ ਕਰਤਾ ਤਾਂ ਇਹਨੇ ਵਾਪਸ ਚਲਿਆ ਜਾਂਦਾ, ਐਵੇਂ ਹੀ ਕਰਦਾ ਹੈ। ਸ਼ਰਾਰਤੀ ਜ਼ਰੂਰ ਆ, ਸ਼ਰਾਰਤ ਕਰਨ ਨੂੰ ਜ਼ੋਰ ਆ ਅਕਸਰ ਜੀ ਕਰਦਾ, ਪਰ ਐਂ ਨਹੀਂ ਗਾ ਵੀ ਕਿਸੇ ਬੰਦੇ ਦੇ ਸੱਟ ਮਾਰ ਦੂਗਾ ਜਾਂ ਕਰ ਦੂਗਾ। ਇਹ ਚੀਜ਼ ਇਹਦੇ ਵਿੱਚ ਮੈਨੂੰ ਅੱਜ ਇਹਦੀ ਖਾਸ ਲੱਗੀ। ਪਰ ਅੱਜ ਤੁਸੀਂ ਜਿੰਨਾ ਵੀ ਦੇਖ ਰਹੇ ਆ, ਇਹ ਤਾਂ ਇਹਦਾ 5% ਹਿੱਸਾ ਵੀ ਹੈ ਨਹੀਂ ਗਾ ਜੋ ਆਪਾਂ ਇਹਦੇ ਬਾਰੇ ਕੱਲ੍ਹ ਨੂੰ ਦੱਸਣਾ, ਜੋ ਇਹਦੇ ਰਿਜ਼ਲਟ ਆ, ਜੋ ਇਹਦਾ ਖਾਨਦਾਨ ਆ, ਜੋ ਇਹਦੀ ਮਦਰ ਦਾ ਰਿਕਾਰਡ ਆ, ਜੋ ਇਹਦੀਆਂ ਜਿੱਤਾਂ, ਕਿੰਨਾ ਇਹਦਾ ਵੇਟ ਆ, ਕਿੰਨੀ ਇਹਦੀ ਲੰਬਾਈ ਚੜਾਈ ਆ, ਕਿਹੜੇ ਕੰਪੀਟੀਸ਼ਨ ਦੀ ਇਹ ਤਿਆਰੀ ਕਰ ਰਿਹਾ ਅਤੇ ਕਿਹੜਿਆਂ ਨੂੰ ਇਹ ਜਿੱਤ ਚੁੱਕਿਆ, ਆਪਾਂ ਸਾਰੀ ਗੱਲਬਾਤ ਕੱਲ੍ਹ ਨੂੰ ਬਾਈ ਹੋਣਾ ਦੇ ਜਵਾਨੋਂ ਕਰਾਂਗੇ। ਅਤੇ ਸਭ ਤੋਂ ਵੱਡੀ ਗੱਲ ਬਾਈ ਜਗਵੰਤ ਹੋਣਾ ਦੀ ਆਹ ਦੇਖੋ ਤੁਹਾਡੇ ਸਾਹਮਣੇ ਆ ਨਾ, ਆਹ ਦੇਖੋ
ਬਾਈ ਨੇ ਇੰਨੇ ਇੰਨਾ ਅਗਰੈਸਿਵ ਹੋਇਆ ਵਾ ਇਹ ਅਗਲੇ ਪਾਸੇ ਤੋਂ ਫੜ ਲਿਆ। ਕਿੰਨਾ ਤੁਸੀਂ ਸੋਚੋ ਯਾਰ, ਕਿੰਨਾ ਕੌਨਫੀਡੈਂਸ ਜਾਂ ਕਿੰਨਾ ਮਾਣ ਹੋਊਗਾ ਕਿਸੇ ਬੰਦੇ ਨੂੰ ਆਪਦੇ ਜਾਨਵਰ 'ਤੇ ਕਿ ਯਾਰ ਮੈਨੂੰ ਢੁੱਡ ਨਹੀਂ ਮਾਰਦਾ, ਕਿੰਨਾ ਭਰੋਸਾ ਹੋਊਗਾ। ਤੁਸੀਂ ਇਹ ਗੱਲ ਸੋਚੋ, ਇਹ ਕਿਵੇਂ ਪਾਲਿਆ, ਕੀ ਖੁਰਾਕ ਖਾਂਦਾ, ਕਿਵੇਂ ਇਹੋ ਜਿਹਾ ਜਾਨਵਰ ਤਿਆਰ ਕੀਤਾ ਜਾਂਦਾ, ਸਾਰੀ ਗੱਲਬਾਤ ਕਰਾਂਗੇ। ਅਤੇ ਬਾਪੂ ਦਾ ਇਹ ਦੁਲਾਰਾ ਹੈ, ਬਾਪੂ ਗੁਰਦੀਪ ਸਿੰਘ ਦਾ ਇਹ ਦੁਲਾਰਾ ਹੈ, ਬੱਚਾ ਹੈ, ਜਾਣੀ ਤਾਂ ਬੱਚਿਆਂ ਵਾਂਗੂ ਪਿਆਰ ਕਰਦੇ ਆ। ਅਤੇ ਮੈਂ ਅੱਜ ਮੰਨ ਗਿਆ ਇਹਨਾਂ ਦੇ ਘਰ ਜਾ ਕੇ ਵੀ ਕੋਈ ਜਾਨਵਰ ਦੀ ਇੰਨੀ ਇੱਜ਼ਤ, ਮੱਝਾਂ ਦੀ, ਸਾਰੀਆਂ ਦੀ। ਇੱਕ ਗੱਲ ਹੋਰ ਆ, ਸਾਰੀਆਂ ਦੇ ਨਾਂ, ਸਾਰੀਆਂ ਆਪਣੇ ਨਾਂ ਜਾਣਦੀਆਂ। ਇਹ ਝੋਟਾ ਆਪਣਾ ਨਾਂ ਲੈ ਤੋਂ ਕਿਵੇਂ ਭੱਜਿਆ ਆਉਂਦਾ, ਕੱਲ੍ਹ ਨੂੰ ਸਾਰੀ ਗੱਲਬਾਤ ਬਾਪੂ ਹੋਣਾਂ ਦੇ ਜਵਾਨੀ ਤੁਹਾਨੂੰ ਪਛਾਵਾਂਗੇ ਵੀ, ਅਤੇ ਬਾਪੂ ਹੋਣਾਂ ਨਾਲ ਗੱਲ ਵੀ ਕਰਾਂਗੇ। ਅੱਜ ਤਾਂ ਬਸ ਤੁਸੀਂ ਥੋੜ੍ਹੀਆਂ ਜਿਹੀਆਂ ਝਲਕਾਂ ਵੇਖ ਲਓ, ਕਿਉਂਕਿ ਐਡੀਟਿੰਗ ਨੂੰ ਟਾਈਮ ਲੱਗਦਾ ਸੀ, ਵੀਡੀਓ ਕਾਫੀ ਲੰਬੀ ਆ, ਐਡੀਟਿੰਗ ਨੂੰ ਸਮਾਂ ਲੱਗਦਾ ਸੀ। ਮੈਂ ਕਿਹਾ ਵੀ ਸਮਾਂ ਜਾਂਦਾ, ਅੱਜ ਐਵੇਂ ਡਾਟਾ ਵੀ ਐਵੇਂ ਜਾਊਗਾ ਅੱਜ ਵਾਲਾ, ਅਤੇ ਆਪਾਂ ਕੁਛ ਨਾ ਕੁਛ ਵੀਡੀਓ ਪਾ ਦਿੰਦੇ ਹਾਂ, ਤਾਂ ਕਰਕੇ ਵੀਡੀਓ ਪਾਤੀ ਆ। ਤੁਹਾਨੂੰ ਵੀਡੀਓ ਪੂਰੀ ਆ ਜਿਹੜੀ ਉਹ ਕੱਲ੍ਹ ਨੂੰ ਮਿਲੂਗੀ। ਅਤੇ ਅੱਜ ਵੀ ਜੇ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਹੀ ਜਾਨਵਰ ਪਸੰਦ ਆ ਜੇ, ਤਾਂ ਫਿਰ ਤੁਸੀਂ ਬਾਈ ਬਾਈ ਜਗਵੰਤ ਹੋਣਾਂ ਨੂੰ, ਬਾਈ ਰਾਜੇ ਹੋਣਾਂ ਨੂੰ ਫੋਨ ਲਾ ਸਕਦੇ ਹਾਂ। ਬਾਈ ਰਾਜੇ ਦਾ ਨੰਬਰ ਆ ਜਿਹੜਾ ਰੌਕਿਆਂ ਵਾਲੇ ਦਾ, ਉਹ ਤੁਹਾਨੂੰ ਉੱਪਰਲੇ ਪਾਸੇ ਦਿਸ ਰਿਹਾ। ਜਿਉਂਦੇ ਰਹੋ, ਧੰਨਵਾਦ।